ਇੱਕ ਪਾਸੇ ਗੁਰਦਾਸਪੁਰ 'ਚ ਉਪ ਚੋਣਾਂ ਦਾ ਦੰਗਲ ਪੂਰੀ ਤਰ੍ਹਾਂ ਗਰਮਾ ਚੁੱਕਾ ਹੈ ਅਤੇ ਦੂਜੇ ਪਾਸੇ ਪਾਰਟੀਆਂ 'ਚ ਆਪਸੀ ਨਾਰਾਜ਼ਗੀ ਦੇ ਚੱਲਦੇ ਜੋੜ ਤੋੜ ਵੀ ਦਿਖਾਈ ਦੇ ਰਹੇ ਨੇ। ਇਸੇ ਦੌਰਾਨ ਆਪ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਪਾਰਟੀ ਦੇ ਮਾਸਾ ਜੋਨ ਦੇ ਪ੍ਰਧਾਨ ਕਮਲਪ੍ਰੀਤ ਸਿੰਘ ਕਾਕੀ ਅਤੇ ਆਪ ਦੇ ਬੀਸੀ ਵਿੰਗ ਦੇ ਪ੍ਰਧਾਨ ਮਨਮੋਹਨ ਸਿੰਘ ਭਾਗੋਵਾਲੀਆ ਵੱਲੋਂ ਪਾਰਟੀ ਨੂੰ ਅਸਤੀਫਾ ਦੇ ਦਿੱਤਾ ਗਿਆ। ਨਾਲ ਹੀ ਉਹਨਾਂ ਕਿਹਾ ਹੈ ਕਿ ਆਪ ਪਾਰਟੀ 'ਚ ਕਿਸੇ ਦੀ ਵੀ ਕੋਈ ਸੁਣਵਾਈ ਨਹੀਂ ਹੁੰਦੀ। ਅਸੀਂ ਤੇ ਇੱਕ ਸੋਚ ਕਰਕੇ ਆਏ ਕਿ ਜੇ ਚੰਗੀ ਸੋਚ ਆ ਰਹੀ ਹੈ ਲੋਕਾਂ ਦਾ, ਜੇ ਭਲਾ ਹੋ ਜਾਏ ਤਾਂ ਚੰਗਾ। ਕਿਸਾਨਾਂ ਦੇ ਮਸਲੇ ਨੇ, ਰੋਜ਼ ਹੱਤਿਆਵਾਂ ਹੋ ਰਹੀਆਂ ਨੇ, ਆਤਮ ਹੱਤਿਆ ਕਰ ਰਹੇ ਨੇ, ਇੱਥੇ ਡਰੱਗ ਦਾ ਬੜਾ ਵੱਡਾ ਹੈਗਾ, ਸੈਂਡ ਮਾਫੀਆ, ਹੋਰ ਮਾਫੀਆ ਪਤਾ ਨਹੀਂ ਕਿੰਨੇ ਕਿੰਨੇ ਆ। ਰੋਜ਼ ਦੀਆਂ ਧੀਆਂ ਭੈਣਾਂ ਦੀ ਬੇਇੱਜ਼ਤੀ ਹੋ ਰਹੀ ਆ। ਈਵਨ ਸਟੂਡੈਂਟ ਜਿਹੜੇ ਨੇ ਉਹ ਮਾੜੇ ਰਿਜ਼ਲਟ ਕਰਕੇ ਇੱਥੇ ਜਿਹੜੀਆਂ ਖੁਦਕੁਸ਼ੀਆਂ ਕਰ ਰਹੇ ਸੀ। ਇਹਨਾਂ ਚੀਜ਼ਾਂ ਨੂੰ ਦੂਰ ਕਰਨ ਵਾਸਤੇ ਅਸੀਂ ਸੋਚਿਆ ਸ਼ਾਇਦ ਪੰਜਾਬ ਦਾ ਕੋਈ ਭਲਾ ਹੋ ਜਾਵੇ। ਇਹਨਾਂ ਨੇ ਇਹਨਾਂ ਦਾ ਕੰਮ ਜਿਹੜਾ ਹੈ ਨਾ, ਆਟੋਕ੍ਰੈਟਿਕ ਵੇ ਆਫ ਵਰਕਿੰਗ ਹੈ ਇਹਨਾਂ ਦਾ, ਆਪਣੇ ਤੌਰ ਦੇ ਉੱਤੇ ਕਰਦੇ ਨੇ। ਇਸ ਕਰਕੇ ਉਹਦੇ ਤੋਂ ਸਾਨੂੰ ਅਸੀਂ ਦੁਖੀ ਹੋ ਕੇ ਇਹ ਅਸਤੀਫੇ ਦਿੱਤੇ ਆ। ਸੋ ਇਸ ਲਈ ਹੁਣ ਤੁਸੀਂ ਦੇਖੋ ਪਾਰਟੀ ਕਿੱਥੇ ਆ, ਕਿਹੜੀ ਪਾਰਟੀ ਦੀ ਗੱਲ ਕਰਦੇ ਹੋ? ਅਮਨ ਅਰੋੜਾ ਜੀ ਇਲੈਕਸ਼ਨ 'ਚ ਨਹੀਂ ਆ ਰਹੇ, ਤੁਹਾਡੇ ਆਪਣਾ ਕਵਰ ਸੰਧੂ ਜੀ ਨਹੀਂ ਆ ਰਹੇ, ਫੂਲਕਾ ਜੀ ਨਹੀਂ ਆ ਰਹੇ, ਅਤੇ ਮੈਂ ਕਹਿੰਦਾ ਇਹ ਜਿਹੜੇ ਦੋ ਕੁ ਜਣੇ ਤੁਰੇ ਫਿਰਦੇ ਨੇ ਅਤੇ ਕਿਸੇ ਦੇ ਮੰਦਰ ਡਿਕਟੇਟਰਸ਼ਿਪ ਕਰ ਰਹੇ ਨੇ। ਸੋ ਇਸ ਕਰਕੇ ਸਾਡੇ ਵਰਕਰਾਂ ਨੇ ਵੀ ਅਤੇ ਸਾਡੇ ਸਾਥੀਆਂ ਨੇ ਵੀ ਘੁੱਟਣ ਮਹਿਸੂਸ ਕੀਤੀ। ਅਸੀਂ ਉਹਨਾਂ ਦੇ ਆਸ਼ੇ ਦੇ ਅਨੁਸਾਰ ਅੱਜ ਇਹ ਫੈਸਲਾ ਲਿਆ। ਇੱਕੋ ਹੀ ਗੱਲ ਕਹੀ ਗਈ ਕਿ ਸਿੱਖ ਚਿਹਰਾ ਨਹੀਂ ਦੇਣਾ, ਅਸੀਂ ਇੱਕ ਦੂਜਾ ਚਿਹਰਾ ਦੇ ਸਕਦੇ, ਸਿੱਖ ਚਿਹਰਾ ਨਹੀਂ ਦੇਣਾ, ਜਿਹੜਾ ਸਾਡੇ ਹਿਰਦਿਆਂ ਨੂੰ ਬੜਾ ਦੁੱਖ ਲੱਗੀ ਹੈ। ਅਤੇ ਦੂਜੇ ਪਾਸੇ ਘੱਲੂਘਾਰਾ ਸਾਹਿਬ ਦਾ ਜਿਹੜਾ ਉਹ ਇੰਸੀਡੈਂਸ ਹੋਇਆ, ਉਹਦੇ ਵਿੱਚ ਸਾਡੇ ਆਮ ਆਦਮੀ ਪਾਰਟੀ ਦੇ 11 ਵਲੰਟੀਅਰਸ 'ਤੇ ਜਿਹੜਾ ਉਹ FIR ਦਰਜ ਹੋਈ ਹੈ, ਔਰ 11 ਬੰਦਿਆਂ 'ਤੇ ਅੱਜ 1.5 ਮਹੀਨਾ ਹੋ ਗਿਆ। ਅਸੀਂ ਪਾਰਟੀ ਨਾਲ ਕੰਟੈਕਟ ਕਰ ਰਹੇ ਹਾਂ ਕਿ ਤੁਸੀਂ ਇੱਥੇ ਆਏ ਹੋ, ਸਾਡੇ 'ਤੇ ਜਿਹੜੇ 11 ਵਰਕਰਸ ਨੇ ਉਹਨਾਂ ਦੀ ਅਜੇ ਤੱਕ ਜ਼ਮਾਨਤਾਂ ਤੱਕ ਨਹੀਂ ਹੋਈਆਂ, ਅਤੇ ਉਹਨਾਂ 'ਤੇ ਤੁਸੀਂ ਕੋਈ ਆਵਾਜ਼ ਉਠਾਓ, ਕੋਈ PC ਕਰੋ, ਕੋਈ ਪ੍ਰੈਸ ਵਿੱਚ ਗੱਲ ਲਿਆਓ, ਕੋਈ ਅਫਸਰਾਂ ਨਾਲ ਗੱਲ ਕਰੋ। ਅਜੇ ਤੱਕ ਕਿਸੇ ਨੇ ਸਾਡੀ ਉਹ ਗੱਲ ਜਿਹੜੀ ਆ ਉਹ ਨਹੀਂ ਕੀਤੀ, ਜਿਹੜੇ ਤੋਂ ਅਸੀਂ ਦੁਖੀ ਹੋ ਕੇ ਅੱਜ ਅਸੀਂ ਸਾਰੇ ਜਿੰਨੇ ਆਪਣੇ ਵਲੰਟੀਅਰਸ ਨੇ, ਜਿੰਨੇ ਵੀ ਆਮ ਆਦਮੀ ਪਾਰਟੀ ਦੇ ਸੀਨੀਅਰ ਵਰਕਰ ਆ, ਅੱਜ ਅਸੀਂ ਅਸਤੀਫਾ ਦਿੱਤਾ। ਦੂਜੇ ਪਾਸੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਪਾਰਟੀ 'ਚੋਂ ਕਿਸੇ ਦੇ ਜਾਨ ਦੇ ਨਾਲ ਬਹੁਤਾ ਫਰਕ ਨਹੀਂ ਪੈਂਦਾ, ਕਿਉਂਕਿ ਪਾਰਟੀ ਆਪਣੇ ਸਿਧਾਂਤਾਂ 'ਤੇ ਹੀ ਚੱਲਦੀ ਹੈ। ਗੁਰਦਾਸਪੁਰ ਤੋਂ ਰਸ਼ਪਾਲ ਸਿੰਘ, ਖਬਰ ਹਰ ਪਲ ਇੰਡੀਆ ਲਈ।